ਫਰੀਦਕੋਟ ਦੇ ਅੰਦਰ ਇੱਕ ਤਬਦੀਲੀ ਆਈ ਹੈ ਤੇ ਅਸਾਂ ਦੇ ਜਿਹੜੇ ਭਰਾ ਐਮਪੀਏ ਬਣੇ ਉਸ ਟਾਈਮ ਇਹਨਾਂ ਨੇ ਮਿਲ ਕੇ ਇਸ ਹਰੀਪੁਰ ਦੇ ਸਰਕਾਰੀ ਮੁਲਾਜ਼ਮੀਨ ਦੀ ਇੱਜ਼ਤ ਤੇ ਨਫ਼ ਬਹਾਲ ਕੀਤੀ ਹੈ ਇਸ ਨਾਲ ਸਿਆਸੀ ਇੰਤਕਾਮ ਦਾ ਨਿਸ਼ਾਨਾ ਨਹੀਂ ਬਣਾਇਆ ਪਿਆਰ ਮੁਹੱਬਤ ਬਾਂਡਾ ਲੇਕਿਨ ਮੇਰੇ ਬਜ਼ੁਰਗੋ ਦੋਸਤੋ ਇਹ ਹਰੀਪੁਰ ਨਜ਼ਰ ਲੱਗੀ ਅਖਤਰ ਨਵਾਜ਼ ਖਾਨ ਦਾ ਸ਼ਹੀਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਅਸਾਂ ਦੇ ਜੜੇ ਜਨਮੇ ਦੇ ਐਮਪੀਏ ਜੋ ਇੱਕ ਇੱਕ ਕਰਕੇ ਚਾਹੇ ਉਹ ਕਿਸੇ ਵੀ ਤਰੀਕੇ ਤੇ ਉਹਨਾਂ ਇਲੈਕਸ਼ਨ ਤੋਂ ਜਦੋਂ ਬਾਹਰ ਹੋ ਗਏ ਤੇ ਫਿਰ ਉਸ ਤੋਂ ਬਾਅਦ ਜਿਹੜਾ ਇੰਤਕਾਮੀ ਜ਼ੋਰ ਤੁਸਾਂ ਨੇ ਦੇਖਿਆ ਅੱਜ ਕੋਈ ਸਰਕਾਰੀ ਮੁਲਾਜ਼ਮ ਕਿਸੇ ਜਗ੍ਹਾ ਗੁਜ਼ਰ ਨਹੀਂ ਸਕਦਾ ਆ ਕਿ ਸਾਹਮਣੇ ਕੋਈ ਖਾਨ ਨਾ ਰਹੇ ਸੀ ਤੇ ਫਿਰ ਉਹ ਦੇਖ ਸੀ ਸਲਾਮ ਨਾ ਕੀਤਾ ਤੇ ਦੂਸਰੇ ਦਿਨ ਟ੍ਰਾਂਸਫਰ ਕਰਕੇ ਦੂਰ ਪਹਾੜਾਂ 'ਤੇ ਫੇਂਕ ਦਿੱਤਾ ਜੁਲਸੀ ਖਾਤੀਨਾਂ ਵੀ ਟ੍ਰਾਂਸਫਰ ਕੀਤਾ ਗਿਆ ਬੁੜੇ ਮੁਲਾਜ਼ਮੀ ਨੇ ਵੀ ਟ੍ਰਾਂਸਫਰ ਕੀਤਾ ਗਿਆ ਹੱਤਾ ਕਿ ਇੱਕ ਲੱਖ ਹੋਰ ਜਿਹੜਾ ਵਿਚਾਰਾ ਆਪਣੇ ਘਰ ਦੇ ਨਜ਼ਦੀਕ ਆਪਣੀ ਕਮ ਤਨਖਾਹ ਵਿੱਚ ਗੁਜ਼ਾਰਾ ਕਰਦਾ ਆ ਉਹ ਤਾਂ ਵੀ ਇੱਕ ਬੁਨਿਆਦ 'ਤੇ ਟ੍ਰਾਂਸਫਰ ਕੀਤਾ ਗਿਆ ਕਿ ਉਹਨਾਂ ਦਾ ਸਲਾਮ ਨਹੀਂ ਕਰਦਾ ਜਾਂ ਉਹਨਾਂ ਵੋਟ ਨਹੀਂ ਦਿੰਦਾ ਮੇਰੇ ਬਜ਼ੁਰਗੋ ਦੋਸਤੋ ਅਸੀਂ ਅਜੀ ਸਿਆਸਤ ਤੇ ਲਾਨਤ ਭੇਜਦੇ ਆ ਅਸਾਂ ਨੇ ਕਦੇ ਕਿਸੇ ਨਾਲ ਸਿਆਸੀ ਇੰਤਕਾਮ ਦਾ ਨਿਸ਼ਾਨਾ ਨਹੀਂ ਬਣਾਇਆ ਉਧਰ ਕੁਝ ਲੋਕ ਬੈਠੇ ਜੇ ਮੈਂ ਆਖਿਆ ਅਸਾਂ ਨੇ ਕਦੇ ਕਿਸੇ ਸਿਆਸੀ ਇੰਤਕਾਮ ਦਾ ਨਿਸ਼ਾਨਾ ਨਹੀਂ ਬਣਾਇਆ ਇਨਸ਼ਾਅੱਲਾ ਕਾਮਯਾਬ ਹੋਏ ਆ ਤੇ ਅਗਾਂ ਵੀ ਚੰਦ ਲਗਵਾ ਛੋੜ ਕੇ ਸਿਆਸੀ ਇੰਤਕਾਮ ਦਾ ਨਿਸ਼ਾਨਾ ਨਾ ਬਣਾ ਚੰਦ ਲੋਕਾਂ ਛੋੜ ਕੇ ਕਿ ਬਹੁਤ ਜ਼ਰੂਰੀ ਹੋ ਗਿਆ ਉਹਨਾਂ ਲੋਕਾਂ ਦਾ ਰਸਤਾ ਰੋਕਣਾ ਬਹੁਤ ਜ਼ਰੂਰੀ ਹੋ ਗਿਆ ਲੇਕਿਨ ਨਾਲ ਉਹਨਾਂ ਚੰਦ ਟਾਊਟਾਂ ਦਾ ਰਸਤਾ ਰੋਕਣਾ ਬਹੁਤ ਜ਼ਰੂਰੀ ਹੈ ਜਿਹੜੇ ਇਸ ਹਰੀਪੁਰ ਵਿੱਚ ਬਦਮਨੀ ਦਾ ਬਾਲ ਬਣਦੇ ਜਿਹੜੇ ਇਹਨਾਂ ਲੋਕਾਂ ਸਿਆਸੀ ਇੰਤਕਾਮ ਦਾ ਨਿਸ਼ਾਨਾ ਬਣਾਉਂਦੇ ਹੋ ਆਪਣੇ ਸਿਆਸੀ ਆਕਾਂ ਚੁਲ ਕੇ ਆਖਦੇ ਨੇ ਕਿ ਅਸਾਂ ਟ੍ਰਾਂਸਫਰ ਕਰ ਦੇ ਤੇ ਇਨਸ਼ਾਅੱਲਾ ਸਟੇਜ ਤੋਂ ਅੱਜ ਮੈਂ ਤੁਹਾਡੇ ਨਾਲ ਵੀ ਵਾਅਦਾ ਕਰਨਾ ਕਿ ਜਦੋਂ ਇਨਸ਼ਾਅੱਲਾ ਇਨਸ਼ਾਅੱਲਾ ਇਲੈਕਸ਼ਨ ਸੀ ਕਾਮਯਾਬੀ ਤੁਹਾਡੇ ਦੇ ਜੜੇ ਜੰਮੇ ਦਾ ਮੁਕੱਦਰ ਬਣਦੀ ਤੇ ਉਹਨਾਂ ਟਾਊਟਾਂ ਵਾਸਤੇ ਇਨਸ਼ਾਅੱਲਾ ਹਰੀਪੁਰ ਦੇ ਦੂਰ ਦਰਾਜ ਮਕਾਮਾਤ ਤੇ ਇਨਸ਼ਾਅੱਲਾ ਦੀ ਸਹੂਲਤ ਮਯਸਰ ਕਰਤਾ ਤਾਂ ਕਿ ਆਇੰਦਾ ਤੇ ਹਰੀਪੁਰ ਬਿਹਤਰ ਦੀ ਬਦਲ ਵੀ ਨਾ ਹੋਵੇ ਬਾਕੀ ਬਾਬਰ ਨਵਾਜ਼ ਖਾਨ ਦਾ ਮੈਂ ਆਖਰੀ ਗੱਲ ਕਰਨਾ ਟਾਈਮ ਮੇ ਜ਼ਿਆਦਾ ਜਾ ਗਲੇ ਬਾਬਰ ਨਵਾਜ਼ ਖਾਨ ਦਾ ਮੇਰੇ ਭਤੀਜੇ ਦਾ ਹਮੇਸ਼ਾ ਇੱਕ ਹੀ ਸੋਚ ਦੇ ਨਾਲ ਇੱਕ ਆਵਾਮ ਵਾਸਤੇ ਮੈਦਾਨ ਵਿੱਚ ਆਇਆ ਉਸਨੇ ਆਪਣੇ ਸ਼ਹੀਦ ਵਾਲਦ ਨਾਲ ਵਾਅਦਾ ਕੀਤਾ ਸੀ ਉਸ ਤੇ ਜਨਾਜ਼ੇ ਦੇ ਉਸ ਤੋਂ ਬਾਅਦ ਅੱਲਾ ਦੇ ਫਜ਼ਲ ਤੇ ਕਰਮ ਨਾਲ ਜਦੋਂ ਕਾਮਯਾਬ ਹੋਇਆ ਤੇ ਫਿਰ ਤੁਸਾਂ ਨੇ ਦੇਖਿਆ ਕਿ ਆਪਣੇ ਥੋੜੇ ਜਿਹੇ ਮੁਖਤਸਰ ਅਰਸੇ ਵਿੱਚ ਇਸ ਹਰੀਪੁਰ ਵਾਸਤੇ ਉਸਨੇ ਬੜੇ ਬੜੇ ਪ੍ਰੋਜੈਕਟ ਮਨਜ਼ੂਰ ਕਰਵਾਏ ਅੱਜ ਉਸ ਤੇ ਪ੍ਰੋਜੈਕਟ ਉੱਤੇ ਬਿਜਲੀ ਔਰ ਗੈਸ ਉੱਤੇ ਤਖਤੀਆਂ ਲਾ ਕੇ ਮਾਂ ਤੇ ਹੈਰਤ ਹੁੰਦੀ ਸ਼ਰਮ ਹੀ ਨਹੀਂ ਆਉਂਦੀ ਔਰ ਅੱਜ ਉਹ ਦੌਰ ਮੇਰੇ ਬਜ਼ੁਰਗੋ ਦੋਸਤੋ ਅੱਜ ਉਹ ਲੋਕ ਤਖਤੀਆਂ ਲਾ ਲਾ ਕੇ ਜਦੋਂ ਇਫਤਤਾਹ ਕਰਦੇ ਨੇ ਤੇ ਬਾਬਰ ਨਵਾਜ਼ ਖਾਨ ਦੇ ਮਨਸੂਬਿਆਂ ਉੱਤੇ ਹੀ ਤਖਤੀ ਲਾ ਕੇ ਇਫਤਤਾਹ ਕਰਕੇ ਉਸੇ ਦੇ ਖਿਲਾਫ ਪ੍ਰੋਪਗੰਡਾ ਕਰਦੇ ਨੇ